सत श्री अकाल जी, तुहाड़ा राज पंजाबी कहानियां विच एक बार फिर तो स्वागत है। अज दी कहानी दा सिरलेख है अमर मुहब्बत। अक्सर रमेश खिड़की तो अपने गवांढ विच रहण आई एक नवी किराएदारनी नू देखदा रहिंदा। मीना जी पिछले महीने ही दूजे शहर तो इत्थे अपने दो बच्चियां नाल रहण आई सी। उस दे पति दी मौत तो बाद सारे परिवार दियां जिम्मेवारियां उस दे सिर ते आण पईआं। पति दी नौकरी मिलण नाल वी घर दे खर्चे बहुत मुश्किल नाल चलदे। बुढ़े सस सहुरे ते छोटी ननाण गुड्डी दा इकलौता आसरा सी ओह। एक दिन ऑफिस जांदिआं मीना जी उस नूं सामणिओं टक्कर गई। पतले शरीर ते लम्मी काली गुत्त, मोटियां कालियां उदास अखां, परेशानियां भरिया गोरा गोल चेहरा जिवें उस दे अंदर छप गया सी किते। मीना जी दा ऑफिस रमेश दे ऑफिस कोल सी, उस लई कोई औखा नहीं सी मीना दी जन्म कुंडली कढवाउणा। हुण ओह सोचण लगा किवें मीना दियां मुश्किलां घट कीतियां जाण। रोज ही जान बुझ के उसे वेले ही घरों निकलदा जदों मीना अगे टक्कर जावे। हर रोज मीना नूं देखना जिवें ओहदी इबादत बन गई होवे। पर मीना इस गल तो अणजाण अपने फर्ज निभा रही सी। पतझड़ पिछों बहार बड़ी तेजी नाल जवान हो रही सी। ਉਹ ਸੋਚਦਾ ਕਿ ਜੇ ਉਦਾਸ ਬੇਜਾਨ ਰੁੱਖਾਂ ਉੱਤੇ ਬਹਾਰ ਆ ਸਕਦੀ ਹੈ ਤਾਂ ਫਿਰ ਇਨਸਾਨ ਕਿਉਂ ਨਹੀਂ। ਉਹ ਆਫਿਸ 'ਚ ਵੀ ਮੀਨਾ ਬਾਰੇ ਸੋਚਦਾ ਰਹਿੰਦਾ। ਹੁਣ ਉਹ ਜਿਵੇਂ ਉਹਦੇ ਅੰਦਰ ਰਮ ਗਈ ਸੀ। ਉਸ ਨੂੰ ਖਾਂਦਿਆਂ ਪੀਂਦਿਆਂ ਸੌਂਦੇ ਜਾਗਦੇ ਮੀਨਾ ਦਾ ਹੀ ਖਿਆਲ ਰਹਿੰਦਾ। ਮੀਨਾ ਤੇ ਉਹਦੇ ਪਰਿਵਾਰ ਨੂੰ ਗੁੱਡੀ ਦੇ ਵਿਆਹ ਦੀ ਫਿਕਰ ਖਾਈ ਜਾ ਰਹੀ ਸੀ, ਜਿਸ ਦਾ ਅਸਰ ਮੀਨਾ ਦੇ ਚਿਹਰੇ ਤੇ ਸਾਫ ਦਿਖਾਈ ਦਿੰਦਾ। ਕਿਸੇ ਤਰ੍ਹਾਂ ਉਸਨੇ ਮੀਨਾ ਦੀ ਪਰੇਸ਼ਾਨੀ ਦਾ ਪਤਾ ਲਗਵਾਇਆ। ਹੁਣ ਉਸਨੇ ਇੱਕ ਚੰਗਾ ਖਾਨਦਾਨੀ ਮੁੰਡੇ ਦੀ ਦੱਸ ਮੀਨਾ ਦੀ ਕੁਲੀਗ ਰਾਹੀਂ ਪਵਾ ਕੇ ਮੀਨਾ ਦੀ ਮੁਸ਼ਕਿਲ ਆਸਾਨ ਕਰ ਦਿੱਤੀ। ਭਾਵੇਂ ਉਹ ਬੱਚਿਆਂ ਦੇ ਚੰਗੇ ਸਕੂਲ 'ਚ ਦਾਖਲੇ ਦੀ ਗੱਲ ਹੋਵੇ, ਉਸ ਦੇ ਮਕਾਨ ਮਾਲਿਕ ਵੱਲੋਂ ਉਹਨਾਂ ਨੂੰ ਕੱਢਣ ਦੀ ਗੱਲ ਹੋਵੇ, ਸਭ ਮਸਲੇ ਉਹਨੇ ਚੁੱਪ ਚਪੀਤੇ ਹੱਲ ਕਰਵਾ ਦਿੱਤੇ। ਉੱਧਰ ਮੀਨਾ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ ਕਿ ਕੋਈ ਉਸ ਲਈ ਰੱਬ ਬਣ ਗਿਆ ਹੈ, ਉਹਦੇ ਸਾਰੇ ਦੁੱਖ ਲੈਣ ਲਈ ਬੇਕਰਾਰ ਹੈ। ਇੱਕ ਸ਼ਾਮ ਮੀਨਾ ਆਪਣਾ ਕੰਮ ਕਰਦੀ ਕਰਦੀ ਸੋਚਾਂ ਵਿੱਚ ਡੁੱਬ ਗਈ। ਕਈ ਦਿਨਾਂ ਤੋਂ ਉਸਨੂੰ ਕੁਝ ਅਜੀਬ ਮਹਿਸੂਸ ਹੋ ਰਿਹਾ ਸੀ, ਜਿਵੇਂ ਕੋਈ ਸਦਾ ਚੁੱਪ ਚਾਪ ਉਸਦੇ ਦਿਲ ਨੂੰ ਬਲਕਿ ਰੂਹ ਨੂੰ ਦਸਤਕ ਦੇ ਰਹੀ ਹੈ, ਜਿਵੇਂ ਕੁਝ ਬੇਚੈਨ ਕਰ ਰਿਹਾ ਹੋਵੇ, ਜਿਵੇਂ ਕੁਝ ਹੋਣ ਵਾਲਾ ਹੋਵੇ। ਫਿਰ ਉਸਨੂੰ ਇਹ ਸਾਰੇ ਨਾਮੁਮਕਿਨ ਕੰਮ ਚੁਟਕੀਆਂ ਨਾਲ ਹੋਣ ਤੇ ਵੀ ਹੈਰਾਨੀ ਹੁੰਦੀ। ਫਿਰ ਅਣਮੰਨੇ ਮਨ ਨਾਲ ਆਪਣੀ ਕਿਸਮਤ ਤੇ ਰਸ਼ਕ ਕਰਨ ਲੱਗ ਜਾਂਦੀ। ਪਹਿਲਾ ਪਹਿਲ ਤਾਂ ਮੀਨਾ ਨੂੰ ਪਾ ਲੈਣਾ ਹੀ ਉਸਦਾ ਮਕਸਦ ਸੀ, ਪਰ ਹੌਲੀ ਹੌਲੀ ਮੀਨਾ ਦੇ ਦੁੱਖਾਂ ਗੰਮਾਂ ਨੂੰ ਆਪਣਾ ਲੈਣ ਤੋਂ ਬਾਅਦ ਉਹ ਕਦੇ ਮੀਨਾ ਤੋਂ ਦੂਰ ਗਿਆ ਹੀ ਨਹੀਂ ਸੀ ਤੇ ਖੁਦ ਨੂੰ ਰੱਬ ਦੇ ਨੇੜੇ ਸਮਝਣ ਲੱਗ ਪਿਆ ਸੀ। ਰਮੇਸ਼ ਦੀ ਉਮਰ ਵਿਆਹ ਵਾਲੀ ਹੋ ਗਈ ਸੀ। ਉਸ ਦੀ ਮਾਂ ਨੂੰ ਦਿਨ ਰਾਤ ਉਸਦੇ ਵਿਆਹ ਦੀ ਫਿਕਰ ਲੱਗੀ ਰਹਿੰਦੀ। ਕਈ ਚੰਗੇ ਭਲੇ ਰਿਸ਼ਤਿਆਂ ਨੂੰ ਉਹ ਨਾ ਕਰ ਚੁੱਕਿਆ ਸੀ। ਉਸ ਦੀ ਕਿਸੇ ਪਸੰਦ ਬਾਰੇ ਪੁੱਛਣ ਤੇ ਵੀ ਉਸਨੇ ਕਦੇ ਕਿਸੇ ਨੂੰ ਕੁਝ ਨਾ ਦੱਸਿਆ, ਕਿਉਂਕਿ ਉਹ ਜਾਣਦਾ ਸੀ ਇੱਕ ਤਰਫਾ ਇਸ਼ਕ ਦੀ ਮੰਜ਼ਿਲ ਆਸਾਨ ਕਿੱਥੇ ਸੀ। ਮੀਨਾ ਨਾਲ ਘਰ ਵਸਾਉਣਾ ਉਸ ਲਈ ਜਮਰੋਦ ਦੇ ਕਿਲੇ ਨੂੰ ਜਿੱਤਣ ਬਰਾਬਰ ਲੱਗਣਾ। ਹੁਣ ਸਵਾਲ ਸੀ ਮੀਨਾ ਨੂੰ ਕਿਵੇਂ ਮਨਾਇਆ ਜਾਵੇ, ਸਭ ਤੋਂ ਪਹਿਲਾਂ ਕਿਵੇਂ ਮਿਲਿਆ ਜਾਵੇ। ਇੱਕ ਦਿਨ ਰਮੇਸ਼ ਨੇ ਮੀਨਾ ਦੀ ਉਸੇ ਆਫਿਸ ਵਾਲੀ ਕੁਲੀਗ ਨਾਲ ਗੰਢ ਤੁੱਪ ਕਰਕੇ ਇੱਕ ਚਿੱਠੀ 'ਚ ਸਾਰਾ ਦਿਲ ਦਾ ਹਾਲ ਉਤਾਰ ਦਿੱਤਾ। ਪਰ ਚਿੱਠੀ ਪੜ੍ਹਨ ਤੋਂ ਪਹਿਲਾਂ ਹੀ ਮੀਨਾ 'ਤੇ ਦੁੱਖਾਂ ਦੇ ਪਹਾੜ ਡਿੱਗਣੇ ਸ਼ੁਰੂ ਹੋ ਗਏ। ਇੱਕ ਸੜਕ ਹਾਦਸੇ 'ਚ ਮੀਨਾ ਦੇ ਸੱਸ ਸਹੁਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਹੁਣ ਉਸਦੀ ਨਿਰਾਸ਼ ਬੇਸਹਾਰਾ ਜ਼ਿੰਦਗੀ 'ਚ ਉਸਦੇ ਬੱਚੇ ਉਸਦੀ ਵਾਹਿਦ ਖੁਸ਼ੀ ਰਹਿ ਗਏ ਸਨ। ਇਸ ਭੱਜ ਦੌੜ 'ਚ ਉਹ ਚਿੱਠੀ ਪਤਾ ਨਹੀਂ ਕਿੱਥੇ ਗੁੰਮ ਗਈ ਸੀ। ਹੁਣ ਅਫਸੋਸ ਕਰਨ ਲਈ ਰਮੇਸ਼ ਨੂੰ ਮੀਨਾ ਦੇ ਘਰ ਜਾਣਾ ਪੈਣਾ ਸੀ।
रस्मी गलबात तो मीना नू ओह बहुत भला इंसान लगा। उसके बच्चों नाल भी वह काफ़ी घुल मिल गया। बच्चों लई भी वह अजनबी नहीं सी हुण। रोज़ बच्चों लई कुछ ना कुछ लैके आना उसनू बहुत चंगा लगता। पर मीना ये बेतकल्फी कुछ चुभ रही सी। उसने अपने मान इज्जत नू बहुत संभाल के रखिया सी। दुनिया दियां मन घड़त गल्लां नाल वह बर्बाद नहीं करना चाहती सी। एक दिन समा देखदिया उसने रमेश नू उसदे घर दुबारा ना आउण लई इल्तजा कीती। अगे रमेश ने भी बिना झिझके अपने दिल दी गल नू उसनू कह दित्ती ते सारी उम्र साथ निभाउण दा वादा कीता। पर मीना ने ना वेख्या ना तो बिना किसी देरी तो उसनू घरों कढ दित्ता। इस घटना ने रमेश नू अंदरों तोड़ के रख दिता सी। कदे वो अपने आप नू कदे प्यार नू ते कदे मीना नू कोसदा जिसने उसका सच्चा प्यार ठुकरा दिता सी। उधर मीना नू अपने आप ते शर्म आ रही सी कि उसने एक भले इंसान नू बेइज्जत करके घरों कढ दिता सी। हुण तक उसनू उस दियां सब नेकियां दा भी पता लग चुका सी। इस घटना नू समा बीत चुका सी। रमेश नू एक पल भी ना कदे मीना भुली ना कदे उसदे लई जिम्मेवारियां। समय समय ते उसने मीना नू बिना दसे उस दियां सब लोड़ां नू पूरा कीता सी। कुछ दिनां तो मीना दी तबीयत खराब सी। उसनू हस्पताल दाखिल करवाया गया। रमेश मीना दे बच्चियां दी देखभाल दे नाल नाल मीना नू भी हस्पताल देखण जांदा। भावें उस घटना तो बाद ना कदे मीना ने उसनू बुलाया सी ना ही रमेश ने कदे उसदे सामने आया सी। पर उस तो दूर कदे नहीं होया सी। मीना दी हालत हुण दिन ब दिन खराब हुंदी जा रही सी। रमेश दियां अखां अगे हनेरा आ रहा सी। मीना दी हालत देख के उसनू कुछ समझ नहीं आ रहा सी कि आखिर मीना नू होया की है। एक दिन मीना ने रमेश नू अपने कोल बुलाया। जद रमेश ने उसनू देखिया तां जिवें ओह किसे होर मीना नू मिल रहा होवे। उस दियां अखां पत्थर हो गईयां। मीना दी हालत देख के काफ़ी देर चुप पसरी रही। हुण मीना नू लगा कि रमेश नू सब कुछ दसणा दा वक्त आ गया सी। उसने दसना शुरू किया। मैं सब भैन भरावां तो छोटी सी। घर दा गुजारा बहुत मुश्किल नाल चलदा। मेरा बाप नशे दा आदी होण करके घर दियां चीज़ां नू वेचण तो बाद हुण अपने बच्चियां नू वेचण दी ताक विच सी। एक दिन अख बचा के मैं घरों भज आई सी। शहर च मेरी मुलाकात राज नाल होई। राज ने ना सिर्फ सहारा दिता बल्कि मेरे नाल व्याह करके मैनू अपना नाम दिता। उसने मैनू जिवें दी मैं सी उसे तरह स्वीकारिया। उसने मैनू बेअंत प्यार इज्जत दिती। उसने मेरा उदों साथ जद कोई मेरे नाल नहीं सी। इसलिए मेरे दिल ते प्यार दी पहली ते आखरी मोहर मेरे पति राज ने लगाई। उस दी जगह कोई इंसान नहीं ले सकता ना मेरे मरण तो पहला ना बाद विच। कुछ समा फिर चुप छा गई। फिर उसने कहना शुरू किया। रमेश जी तुसी मेरे लिए बहुत कुछ किया। मैनू इलम है उसका पर हुण मेरे कोल समा बहुत थोड़ा है तुहाडे एहसान चुकाने लई। मेरी एक आखरी इच्छा है कि तुसी मेरे तो बाद अपना घर वसा लवो ते हो सके ता मेरे बच्चियां नू किसे बोर्डिंग स्कूल भेज देना ते कदे कदे मिल आया करना। मैं कुछ सेविंग कीती सी ओ तुहाडे काम आएगी। पर हुण रमेश नू कुछ समझ नहीं आ रहा सी ओ की कहे। पर उसने भरे मन नाल कहा मीना तुहाडी खुशी ही मेरी जिंदगी दा मकसद सी ते हमेशा रहेगा। एक जन्म च ना सही पर किसे ना किसे जन्म च मैं अपनी कहानी जरूर पूरी करांगा। हजे रमेश गल कर ही रहा सी कि मीना दे साह उखड़ने शुरू हो गए। बहुत कोशिश दे बाद भी डॉक्टर मीना नू बचा ना सके। डॉक्टर ने दसिया कि मीना कैंसर दे आखरी स्टेज ते सी।
ਉਹ ਸਭ ਜਾਣਦੀ ਸੀ ਪਰ ਅਣਗਹਿਲੀ ਕਾਰਨ ਅੱਜ ਉਹ ਇਸ ਦੁਨੀਆ 'ਚ ਨਹੀਂ ਸੀ। ਰਮੇਸ਼ ਬੱਚਿਆਂ ਨੂੰ ਕਿਸੇ ਦੂਜੇ ਸ਼ਹਿਰ 'ਚ ਲੈ ਚਲਾ ਗਿਆ। ਉਸਨੇ ਮੀਨਾ ਨਾਲ ਕੀਤਾ ਆਪਣਾ ਵਾਅਦਾ ਪੁਗਾਇਆ, ਮਾਂ ਬਾਪ ਬਣ ਕੇ ਬੱਚਿਆਂ ਨੂੰ ਪਾਲਿਆ। ਅੱਜ ਸਾਲਾਂ ਦੇ ਸਾਲ ਗੁਜ਼ਰ ਗਏ, ਦੋਵੇਂ ਬੱਚੇ ਸੈਟਲ ਹੋ ਗਏ ਸਨ। ਰਮੇਸ਼ ਮੀਨਾ ਦੀਆਂ ਯਾਦਾਂ ਤੇ ਆਪਣੀ ਅਮਰ ਮੁਹੱਬਤ ਨਾਲ ਜ਼ਿੰਦਗੀ ਨੂੰ ਭਰਪੂਰ ਜੀ ਰਿਹਾ ਸੀ। ਇੱਕ ਦਿਨ ਉਹ ਮੀਨਾ ਦੀਆਂ ਯਾਦਾਂ ਨੂੰ ਦਿਲ ਵਿੱਚ ਲੈ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦੀ ਪਹੁੰਚ ਸਕਣ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।